ਸਸ਼ੀਕਾਲ ਤੁਸੀਂ ਵਖਰੇ ਪੰਜਾਬ ਮਿਲ ਯੂਐਸਏ ਟੀਵੀ ਮੈਂ ਹਾਂ 모ਹਿਤ ਰੂਬਲ ਪੰਜਾਬ ਮਿਲ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਪੰਜਾਬ ਮਿਲ ਖਬਰਾਂ ਦੇ ਸਪਾਂਸਰ ਨੇ ਰੀਅਲ ਸਟੇਟ ਬ੍ਰੋਕਰ ਮੋਹਨ ਚੀਮਾ ਰੀਅਲ ਸਟੇਟ ਦੀ ਦੁਨੀਆ 'ਚ ਮਨਿਆ ਪਰਮਨਿਆ ਨਾਮ ਤੇ ਹੁਣ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ ਕਰੋਨਾ ਨਾਲ ਜੰਗ ਲਈ ਮਿਲਿਆ ਇੱਕ ਹੋਰ ਹਥਿਆਰ ਯੂਐਸ ਨੇ ਮੋਡਰਨਾ ਵੈਕਸਿਨ ਨੂੰ ਦਿੱਤੀ ਮਨਜ਼ੂਰੀ ਜੋ ਬਾਈਡਨ ਦੇ ਸਲਾਹਕਾਰ ਸੈਡਰਿਕ ਰਿਚਮੰਡ ਜਾਰਜੀਆ ਸੈਨੇਟ ਚੌਨ ਮਹਿੰਮ ਤੋਂ ਬਾਅਦ ਹੋਏ ਕਰੋਨਾ ਪੀੜਿਤ ਫ੍ਰਿਜ਼ਨੋ ਦੇ ਪੰਜਾਬੀ ਸਟੋਰ ਮਾਲਕ ਨੇ ਪਤੰਜਲੀ ਦਾ ਸਮਾਨ ਸੁੱਟਿਆ ਸਟੋਰੋਂ ਬਾਹਰ ਮਿਸ਼ੀਗਨ ਦੀ ਰਾਜਪਾਲ ਨੂੰ ਅਗਵਾ ਕਰਨ ਦੀ ਸਾਜ਼ਿਸ਼ 'ਚ 6 ਵਿਅਕਤੀਆਂ ਉੱਤੇ ਲੱਗੇ ਦੋਸ਼ ਕੈਲੀਫੋਰਨੀਆ 'ਚ ਕਰੋਨਾ ਵਾਇਰਸ ਹੋ ਰਿਹਾ ਹੈ ਬੇਕਾਬੂ 5 ਦਿਨਾਂ ਦੌਰਾਨ ਹੋਈਆਂ 1000 ਤੋਂ ਵੱਧ ਮੌਤਾਂ ਫ੍ਰਿਜ਼ਨੋ ਕਾਉਂਟੀ ਟ੍ਰੈਫਿਕ ਸਟਾਪ ਉੱਤੇ ਅਧਿਕਾਰੀਆਂ ਨੇ ਬਰਾਮਦ ਕੀਤੀ 1 ਮਿਲੀਅਨ ਡਾਲਰ ਤੋਂ ਵੱਧ ਰਕਮ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਦਾਵਾ ਭਾਰਤ ਫੇਰ ਕਰ ਸਕਦਾ ਹੈ ਸਰਜਿਕਲ ਸਟ੍ਰਾਈਕ ਜੋ ਬਾਈਡਨ ਨੇ ਭਾਰਤੀ ਅਮਰੀਕੀ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ ਬਣਾਇਆ ਵਾਈਟ ਹਾਊਸ ਦਾ ਪ੍ਰੈਸ ਸਖਤਰ ਤੇ ਹੁਣ ਪੇਸ਼ ਨੇ ਖਬਰਾਂ ਵਿਸਤਾਰ ਨਾਲ ਵਿਸ਼ਵ ਪਾਰ ਵਿੱਚ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਵੈਕਸੀਨ ਟਰਾਇਲ ਚੱਲ ਰਹੀ ਹੈ ਇਸ ਵਿਚਾਲੇ ਹਰ ਦਿਨ ਲਗਭਗ 3000 ਮੌਤਾਂ ਨਾਲ ਝੂਜਣ ਵਾਲੇ ਅਮਰੀਕਾ ਨੇ ਫਾਈਜ਼ਰ ਤੋਂ ਬਾਅਦ ਮੈਡਰਨਾ ਦੀ ਕਰੋਨਾ ਵੈਕਸੀਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਇੱਕ ਪੈਨਲ ਨੇ ਮੈਡਰਨਾ ਦੀ ਕਰੋਨਾ ਵਾਇਰਸ ਵੈਕਸੀਨ ਦੀ ਐਮਰਜੈਂਸੀ ਵਰਤਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਪੈਨਲ ਨੇ ਇਸ ਨੂੰ ਕਰੋਨਾ ਨਾਲ ਨਜਿੱਠਣ ਲਈ ਦੂਜਾ ਵਿਕਲਪ ਦੱਸਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ 트ਰਪ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਮਾਡਰਨਾ ਵੈਕਸੀਨ ਦੀ ਵੰਡ ਤੁਰੰਤ ਪ੍ਰਭਾਵ ਨਾਲ ਆਰੰਭ ਹੋ ਜਾਵੇਗੀ ਇਸ ਤੋਂ ਪਹਿਲਾਂ ਅਮਰੀਕਾ ਨੇ ਫਾਈਜ਼ਰ ਵੱਲੋਂ ਵਿਕਸਿਤ ਕੋਵਿਡ-19 ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਹਾਲ ਹੀ ਵਿੱਚ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਲੋਕਾਂ ਨੂੰ ਟੀਕੇ ਦਿੱਤੇ ਜਾ ਰਹੇ ਨੇ ਇਹ ਟੀਕੇ ਬਹੁਤ ਸਾਰੇ ਸਿਹਤ ਕਰਮਚਾਰੀਆਂ ਨੂੰ ਥੋੜੀ ਜਿਹੀ ਗਿਣਤੀ ਵਿੱਚ ਉਪਲਬਧ ਨੇ ਇਹ ਵੈਕਸੀਨ ਕਾਫੀ ਹੱਦ ਤੱਕ ਫਾਈਜ਼ਰ ਅਤੇ ਜਰਮਨੀ ਦੀ ਬਾਇਓਟੈਕ ਦੀ ਬਣਾਈ ਗਈ ਵੈਕਸੀਨ ਵਰਗੀ ਹੈ ਇਹੜਾ ਵੈਕਸੀਨ ਨੂੰ ਲੈ ਕੇ ਕੀਤੀ ਜਾ ਰਹੀ ਮੁਢਲੀ ਖੋਜ ਅਨੁਸਾਰ ਦੋਵੇਂ ਟੀਕੇ ਸੁਰੱਖਿਅਤ ਨੇ ਹਾਲਾਕੀ ਮਾਡਰਨਾ ਵੈਕਸੀਨ ਦੀ ਦੇਖਭਾਲ ਸੌਖੀ ਹੈ ਕਿਉਂਕਿ ਇਸ ਨੂੰ ਫਾਈਜ਼ਰ ਵਾਂਗ 75 ਡਿਗਰੀ ਸੈਲਸੀਅਸ ਉੱਤੇ ਰੱਖਣ ਦੀ ਜ਼ਰੂਰਤ ਨਹੀਂ ਹੈ ਜ਼ਿਕਰ ਹੈ ਕਿ ਅਮਰੀਕਾ ਵਿੱਚ ਹੁਣ ਤੱਕ 312000 ਤੋਂ ਵੱਧ ਲੋਕ ਕੋਰੋਨਾ ਵਾਇਰਸ ਕਰਨ ਆਪਣੀਆਂ ਜਾਨਾਂ ਗੁਆ ਚੁੱਕੇ ਨੇ ਬੀਤੇ ਬੁੱਧਵਾਰ ਨੂੰ ਇੱਕ ਹੀ ਦਿਨ ਵਿੱਚ 3600 ਅਮਰੀਕੀ ਦੀ ਮੌਤ ਕੋਰੋਨਾ ਕਾਰਨ ਹੋਈ ਹੈ ਕੋਰੋਨਾ ਨੇ ਹੁਣ ਤੱਕ ਵਿਸ਼ਵ ਭਰ ਵਿੱਚ 17 ਲੱਖ ਲੋਕਾਂ ਦੀ ਜਾਨ ਲੈ ਲਈ ਹੈ ਰਾਸ਼ਟਰਪਤੀ ਚੁਣੇਗੇ ਜੋ ਬਾਈਡਨ ਦੇ ਇੱਕ ਸੀਨੀਅਰ ਸਹਿਯੋਗੀ ਨੇ ਮੰਗਲਵਾਰ ਨੂੰ ਜਾਰਜੀਆ ਦੀ ਸੈਨੇਟ ਚੋਣ ਮੁਹਿੰਮ ਵਿੱਚ ਬਾਈਡਨ ਨਾਲ ਸ਼ਾਮਲ ਹੋਣ ਤੋਂ ਬਾਅਦ ਵੀਰਵਾਰ ਨੂੰ ਕੋਵਿਡ-19 ਲਈ ਸਕਾਰਾਤਮਕ ਟੈਸਟ ਕੀਤਾ ਹੈ ਬਾਈਡਨ ਦਫ਼ਤਰ ਦੇ ਅਨੁਸਾਰ ਸੈਡਰਿਟ ਰਿਚਮੈਂਟ ਨੇ ਸੈਨੇਟ ਦੇ ਦੋ ਡੈਮੋਕ੍ਰੈਟਿਕ ਉਮੀਦਵਾਰਾਂ ਲਈ ਚੋਣ ਮੁਹਿੰਮ ਦੇ ਬਾਅਦ ਕਰੋਨਾ ਦੇ ਲੱਛਣ ਵਿਕਸਿਤ ਕੀਤੇ ਸਨ ਰਿਚਮੈਂਟ ਦਾ ਸਕਾਰਾਤਮਕ ਟੈਸਟ ਬੁੱਧਵਾਰ ਨੂੰ ਇੱਕ ਪੱਤਰਕਾਰ ਦੁਆਰਾ ਕੀਤੇ ਪੋਜ਼ਿਟਿਵ ਟੈਸਟ ਤੋਂ ਬਾਅਦ ਆਇਆ ਜੋ ਕਿ ਇਸ ਯਾਤਰਾ ਵਿੱਚ ਸ਼ਾਮਲ ਹੋਇਆ ਸੀ ਇਸ ਸੰਬੰਧੀ ਬਾਈਡਨ ਦੇ ਦਫ਼ਤਰ ਅਨੁਸਾਰ 78 ਸਾਲਾ ਬਾਈਡਨ ਨੂੰ ਚੋਣ ਯਾਤਰਾ ਤੋਂ ਵਾਇਰਸ ਦਾ ਕੋਈ ਖਤਰਾ ਸਾਹਮਣੇ ਨਹੀਂ ਆਇਆ ਹੈ। ਬਾਈਡਨ ਦੇ ਬੁਲਾਰੇ ਕੈਟ ਬੈਡਿੰਗਫੀਲਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਚੋਣ ਮੁਹਿੰਮ ਦੌਰਾਨ ਰਿਚਮੰਡ ਰਾਸ਼ਟਰਪਤੀ ਚੁਣੇਗੇ ਬਾਈਡਨ ਦੇ ਨਾਲ ਸੰਪਰਕ ਵਿੱਚ ਨਹੀਂ ਆਏ ਨੇ ਤੇ ਨਾ ਹੀ ਉਹ ਡੈਲਾਵੀਅਰ ਤੋਂ ਜਾਰਜੀਆ ਜਾ ਰਹੇ ਜਹਾਜ਼ ਵਿੱਚ ਮੌਜੂਦ ਸਨ। ਪਰ ਮੰਨਿਆ ਜਾ ਰਿਹਾ ਹੈ ਕਿ ਸਕਾਰਾਤਮਕ ਟੈਸਟ ਵਾਲਾ ਪੱਤਰਕਾਰ ਪ੍ਰੈਸ ਪੂਲ ਦੇ ਹਿੱਸੇ ਵਜੋਂ ਉਡਾਨ ਵਿੱਚ ਸ਼ਾਮਲ ਸੀ ਜਦ ਕਿ ਸੁਪਰਾਂਡ ਬਾਈਡਨ ਦਾ ਕੋਵਿਡ-19 ਲਈ ਕੀਤਾ पीसीआर टेस्ट ਵੀ 네ਗੇਟਿਵ ਆਇਆ ਹੈ ਕਰੋਨਾ ਦੇ ਸੁਰੱਖਿਆ ਕਾਰਨ ਕਰਕੇ ਰਿਚਮੈਂਟ ਅਤੇ ਦੋ ਹੋਰ ਵਿਅਕਤੀ ਜਿਨ੍ਹਾਂ ਨੂੰ ਮੋਹਿਮ ਦੀ ਯਾਤਰਾ ਦੌਰਾਨ ਇਸ ਸਲਾਹਕਾਰ ਦੀ ਕਾਰ ਚੜਾਈ ਸੀ ਨੂੰ ਸੀਡੀਸੀ ਦੇ ਨਿਰਦੇਸ਼ ਅਨੁਸਾਰ ਇਕਾਂਤ ਵਾਸ ਹੋਣ ਲਈ ਸੂਚਿਤ ਕੀਤਾ ਗਿਆ ਹੈ ਕਿਸਾਨ ਅੰਦੋਲਨ ਨੂੰ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਦਾ ਪਰਮਾ ਸਮਰਥਨ ਮਿਲ ਰਿਹਾ ਹੈ ਇਸੇ سلسلے ਵਿੱਚ ਜਿੱਥੇ ਭਾਰਤ ਵਿੱਚ ਲੋਕੀ ਸਰਮਾਇਦਾਰ ਘਰਾਨਿਆਂ ਨੂੰ ਉਹਨਾਂ ਦੁਆਰਾ ਤਿਆਰ ਵਸਤੂਆਂ ਦਾ ਬਾਈਕਾਟ ਕਰਕੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਨੇ ਉੱਥੇ ਇਸੇ ਕੜੀ ਤਹਿਤ ਫ੍ਰिजਨੋ ਦੇ ਇੰਡੀਅਨ ਸਟੋਰ ਨਿਊ ਇੰਡੀਆ ਸਟਰੀਟ ਐਂਡ ਸਪਾਈਸ ਦੇ ਮਾਲਕ ਜਸਵਿੰਦਰ ਸਿੰਘ ਵੱਲੋਂ RAMDEEP ਦੀ ਪਤੰਜਲੀ ਕੰਪਨੀ ਦੇ ਸਮਾਨ ਕੂੜੇਦਾਨ ਵਿੱਚ ਸੁੱਟ ਕੇ ਆਪਣਾ ਰੋਸ ਪ੍ਰਗਟ ਕੀਤਾ ਹੈ। ਉਹਨਾਂ ਸਮੂਹ ਇੰਡੀਅਨ ਸਟੋਰਾਂ ਦੇ ਮਾਲਕਾਂ ਨੂੰ ਅੰਬਾਨੀ, ਅਡਾਨੀ ਅਤੇ RAMDEEP ਵਰਗੇ ਤਗਾंदे ਸਮਾਨ ਦਾ ਬਾਈਕਾਟ ਕਰਨ ਦੀ ਬੇਨਤੀ ਵੀ ਕੀਤੀ ਹੈ ਇਸ ਮੌਕੇ ਹਾਕਮ ਸਿੰਘ ਢਿੱਲੋਂ ਨੇ ਜਸਵਿੰਦਰ ਸਿੰਘ ਦੀ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਹੈ ਇਸ ਮੌਕੇ ਸਰਦਾਰ ਜਰਨੈਲ ਸਿੰਘ ਬੜਾਇਚ ਅਤੇ ਗਿੱਲ ਟਰਕਿੰਗ ਵਾਲੇ ਜੰਗੀਰ ਸਿੰਘ ਗਿੱਲ ਨੇ ਵੀ ਜਸਵਿੰਦਰ ਸਿੰਘ ਨੂੰ ਸ਼ਾਬਾਸ਼ ਦਿੱਤੀ ਹੈ ਅਤੇ ਕਿਸਾਨ ਸੰਘਰਸ਼ ਨੂੰ ਤਨ ਮਨ ਅਤੇ ਧਨ ਵੱਲੋਂ ਫੁੱਲ ਸਪੋਰਟ ਕਰਨ ਦੀ ਵਚਨਬੱਧਤਾ ਦੁਹਰਾਈਏ ਇਸ ਮੌਕੇ ਪੰਜਾਬੀ ਭਾਈਚਾਰੇ ਦੇ ਕਾਫੀ ਸੱਜਣ ਮੌਜੂਦ ਰਹੇ ਅਮਰੀਕਾ ਦੇ ਸੂਬੇ ਮਿਸ਼ੀਗਨ ਦੀ ਗਵਰਨਰ ਗ੍ਰੈਚੇਨ ਵਿਟਮਨ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚਨ ਲਈ ਫੈਡਰਲ ਜਿਊਰੀ ਨੇ 6 ਵਿਅਕਤੀਆਂ ਉੱਤੇ ਦੋਸ਼ ਲਗਾਏ ਨੇ ਇਸ ਮਾਮਲੇ ਦੇ ਸਬੰਧ ਵਿੱਚ ਜਾਂਚ ਕਰਤਾਵਾਂ ਨੇ ਦੱਸਿਆ ਹੈ ਕਿ ਇਹ ਸਰਕਾਰ ਵਿਰੋਧੀ ਵਿਅਕਤੀਆਂ ਦੁਆਰਾ ਅਗਵਾਕਾਰੀ ਦੀ ਰਚੀ ਹੋਈ ਸਾਜ਼ਿਸ਼ ਸੀ ਜੋ ਕਿ ਗਵਰਨਰ ਦੀਆਂ ਕੋਰੋਨਾ ਵਾਇਰਸ ਨੀਤੀਆਂ ਤੋਂ ਨਿਰਾਸ਼ਨ ਸੰਯੁਕਤ ਰਾਜ ਦੇ ਅਟਾਰਨੀ ਐਂਡਰੀਓ ਬ੍ਰਿਗੇਡ ਦੁਆਰਾ ਵੀਰਵਾਰ ਨੂੰ ਜਾਰੀ ਕੀਤੇ ਗਏ ਦੋਸ਼ਾਂ ਵਿੱਚ ਐਡਮ ਡੀਨ ਫੌਕਸ ਬੈਰੀ ਗੋਲਡਨ ਕ੍ਰਾਫਟ ਜੂਨੀਅਰ ਟਾਈ ਗਰੇਡਨ ਗਾਰਬਨ ਕਾਲਬ ਜੇਮਸ ਫ੍ਰਾਂਕਸ ਡੈਨੀਅਲ ਜ਼ੋਮਸ ਹੈਰਿਫ ਅਤੇ ਬ੍ਰੈਡਨ ਮਾਈਕਲ ਰੇ ਕੈਸਰੀਟਾ ਖਿਲਾਫ ਸਾਜ਼ਿਸ਼ ਦਾ ਦੋਸ਼ ਲਗਾਇਆ ਹੈ ਇਹ ਸਾਰੇ ਮਿਸ਼ੀਗਨ ਤੋਂ ਹਨ ਜਦਕੀ ਕਰੋਫਟ ਡਿਲੇਵਰ ਵਿੱਚ ਰਹਿੰਦਾ ਹੈ ਇਹਨਾਂ 6 ਵਿਅਕਤੀਆਂ ਨੂੰ ਅਕਤੂਬਰ ਦੇ ਆਰੰਭ ਵਿੱਚ ਉੱਤਰੀ ਮਿਸ਼ੀਗਨ ਵਿੱਚ ਡੈਮੋਕ੍ਰੈਟਿਕ ਰਾਜਪਾਲ ਨੂੰ ਅਗਵਾ ਕਰਨ ਦੀ ਸਾਜ਼ਿਸ਼ ਲਈ FBI ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਇਸ ਅਗਵਾ ਕਰੇ ਦੀ ਸਾਜ਼ਿਸ਼ ਦੀ ਤਿਆਰੀ ਦੋਸ਼ੀਆਂ ਦੁਆਰਾ ਜੂਨ ਮਹੀਨੇ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਵੇਲੇ ਫੌਕਸ ਅਤੇ ਗਲੋਬਲ ਡਬਲਿਨ OYO ਵਿੱਚ ਇੱਕ ਮੀਟਿੰਗ ਵਿੱਚ ਸ਼ਾਮਲ ਹੋਏ ਜਿਸ ਦੌਰਾਨ ਰਾਜਪਾਲ ਦੀ ਅਗਵਾਈ ਅਤੇ ਹੋਰ ਕਾਰਵਾਈਆਂ ਬਾਰੇ ਵਿਚਾਰ ਵਟਾਂਦਰਾ ਕੀਤੇ ਗਏ ਸਨ ਅਦਾਲਤੀ ਸੁਣਵਾਈ ਦੇ ਦਸਤਾਵੇਜ਼ਾਂ ਅਨੁਸਾਰ ਇਸ ਕੰਮ ਨੂੰ ਅੰਜਾਮ ਦੇਣ ਲਈ ਦੋਸ਼ੀਆਂ ਨੇ ਲਾਈਫ ਫਾਇਰ ਫੀਲਡ ਟ੍ਰੇਨਿੰਗ ਅਤੇ ਹੋਰ ਤਿਆਰੀਆਂ ਦੇ ਨਾਲ ਵਿਟਮਰ ਦੇ ਵੋਕੇਸ਼ਨ ਹோம் ਦੀ ਨਿਗਰਾਨੀ ਵੀ ਕੀਤੀ ਇਜਰਾਅ ਸਿਖਲਾਈ ਦੇ ਅਭਿਆਸ ਵਿੱਚ ਦੋਸ਼ੀ ਟੀਮਾਂ ਵਿੱਚ ਇੱਕ ਇਮਾਰਤ ਉੱਤੇ ਹਮਲਾ ਕਰਨ ਦਾ ਅਭਿਆਸ ਤੇ ਰਾਜਪਾਲ ਦੀ ਸਿਕਿਉਰਿਟੀ ਨਾਲ ਲੜਨ ਲਈ ਰਣਨੀਤੀਆਂ ਉੱਤੇ ਵਿਚਾਰ ਵਟਾਂਦਰੇ ਵੀ ਕਰਦੇ ਸਨ ਅਟਾਰਨੀ ਬ੍ਰਿਗੇਡ ਦੇ ਇੱਕ ਬਿਆਨ ਅਨੁਸਾਰ ਇਹਨਾਂ ਦੋਸ਼ੀਆਂ ਨੂੰ ਇਸ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਮਿਲ ਸਕਦੀ ਹੈ ਕੈਲੀਫੋਰਨੀਆ ਸੂਬੇ ਵਿੱਚ ਕਰੋਨਾ ਵਾਇਰਸ ਦੀ ਲਾਗ ਵੱਡੇ ਪੱਧਰ ਉੱਤੇ ਆਪਣੇ ਪੈਰ ਫਸਾ ਰਹੀ ਹੈ ਜਿਸ ਦੇ ਸਿੱਟੇ ਵਜੋਂ ਮੌਤਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਰਿਹਾ ਹੈ ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਇੱਕ ਦਿਨ ਵਿੱਚ 379 ਮੌਤਾਂ ਤੇ ਦੋ ਦਿਨਾਂ ਦੌਰਾਨ ਤਕਰੀਬਨ 1,06,000 ਕਰੋਨਾ ਵਾਇਰਸ ਦੇ ਨਵੇਂ ਪੁਸ਼ਟੀ ਕੀਤੇ ਮਾਮਲਿਆਂ ਦੀ ਘੋਸ਼ਣਾ ਕੀਤੀ ਹੈ। ਦੇਸ਼ ਦੇ ਜ਼ਿਆਦਾ ਆਬਾਦੀ ਵਾਲੇ ਸ ਰਾਜ ਵਿੱਚ ਪਿਛਲੇ 5 ਦਿਨਾਂ ਦੌਰਾਨ 1000 ਤੋਂ ਵੱਧ ਮੌਤਾਂ ਦਰਜ ਹੋਈਆਂ ਨੇ। ਇਸ ਸੂਬੇ ਦੇ ਕੁੱਲ ਕਰੋਨਾ ਕੇਸ ਹੁਣ ਲਗਭਗ 1.7 ਮਿਲੀਅਨ ਹਨ ਜਦਕੀ ਰਾਜ ਵਿੱਚ ਮੌਤਾਂ ਦੀ ਗਿਣਤੀ 21860 ਹੋ ਚੁੱਕੀ ਹੈ ਇਸ ਦੌਰਾਨ ਕੈਲੀਫੋਰਨੀਆ ਦੇ ਬਹੁਤ ਸਾਰੇ ਹਸਪਤਾਲ ਮਰੀਜ਼ਾਂ ਦਾ ਇਲਾਜ ਕਰਨ ਦੀ ਸਮਰੱਥਾ ਤੋਂ ਬਾਹਰ ਚੱਲ ਰਹੇ ਨੇ ਦੇਖਭਾਲ ਵੀ ਪ੍ਰਭਾਵਿਤ ਹੋ ਰਹੀ ਹੈ ਲਾਗ ਦੇ ਵੱਧ ਰਹੇ ਕੇਸਾਂ ਦੇ ਵਿਚਕਾਰ ਲਾਸ ਐਂਜਲਸ ਦੇ ਮੇਅਰ ਐਰੀ ਗਰਸਟੀ ਨੇ ਵਾਇਰਸ ਦੀ ਫੈਲ ਰਹੀ ਲਾਗ ਦੇ ਸਬੰਧ ਵਿੱਚ ਇੱਕ ਚੇਤਾਵਨੀ ਜਾਰੀ ਕਰਦੀ ਹੈ ਕਿਹਾ ਕਿ ਕੁਝ ਦਿਨਾਂ ਦੇ ਅੰਦਰ ਲਾਸ ਐਂਜਲਸ ਕਾਉਂਟੀ ਸਾਰੇ ਹਸਪਤਾਲਾਂ ਵਿੱਚ ਜਗ੍ਹਾ ਅਤੇ ਸਟਾਫ ਦੀ ਘਾਟ ਕਾਰਨ ਸੰਕਟ ਦਾ ਐਲਾਨ ਕਰ ਸਕਦੀ ਹੈ ਹਸਪਤਾਲਾਂ ਵਿੱਚ ਕੋਵਿਡ ਮਰੀਜ਼ਾਂ ਦੀ ਦੇਖਭਾਲ ਕਰਨ ਲਈ ਪਾਰਕਿੰਗ ਸਟੈਂਡ ਤੇ ਕੰਫਰੰਸ ਰੂਮਾਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਲੋੜ ਪੈਣ ਤੇ ਇਹਨਾਂ ਦੀ ਵਰਤੋਂ ਕੀਤੀ ਜਾ ਸਕੇ। ਐਨਹੀਂ ਨਹੀਂ, ਕੈਲੀਫੋਰਨੀਆ ਵਿੱਚ ਹਸਪਤਾਲਾਂ ਉੱਤੇ ਬੋਝ ਘਟਨ ਕਰਨ ਦੀ ਕੋਸ਼ਿਸ਼ ਵਜੋਂ ਸੈਕਰਮੈਂਟੋ ਦੇ ਇੱਕ ਸਾਬਕਾ ਐਨਬੀਏ ਏਰੀਨਾ ਅਤੇ ਦੋ ਰਾਜ ਦੁਆਰਾ ਚਲਾਏ ਵਿਕਸਿਤ ਕੇਂਦਰ ਸਮੇਤ ਪੰਜ ਵਿਕਲਪ ਦੇਖਭਾਲ ਸਹੂਲਤਾਂ ਖੋਲਣ ਦੇ ਨਾਲ 1555 ਬਿਸਤਰਿਆਂ ਦੀ ਵੀ ਪ੍ਰਬੰਧ ਕੀਤਾ ਗਿਆ ਹੈ। ਫ੍ਰਿਜ਼ਰੋ ਵਿੱਚ ਹਾਈਵੇ ਅਧਿਕਾਰੀਆਂ ਨੂੰ ਸ਼ੁਰੂ ਕੀਤੇ ਚੈਕਿੰਗ ਅਭਿਆਨ ਵਿੱਚ ਲੱਖਾਂ ਡਾਲਰ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ ਹੈ ਇਸ ਅਭਿਆਨ ਦੇ ਤਾਜ਼ਾ ਮਾਮਲੇ ਵਿੱਚ ਕੈਲੀਫੋਰਨੀਆ ਦੇ ਹਾਈਵੇ ਪੈਟਰੋਲ ਦੇ ਅਨੁਸਾਰ ਪਿਛਲੇ ਹਫਤੇ ਫ੍ਰਿਜ਼ਰੋ ਕਾਉਂਟੀ ਦੇ ਇੱਕ ਟ੍ਰੈਫਿਕ ਸਟਾਪ ਉੱਤੇ ਚੈਕਿੰਗ ਕਾਰਵਾਈ ਦੌਰਾਨ 1 ਮਿਲੀਅਨ ਡਾਲਰ ਤੋਂ ਵੱਧ ਦੀ ਨਕਦੀ ਬਰਾਮਦ ਹੋਈਏ ਇਸ ਮਾਮਲੇ ਦੇ ਸਬੰਧ ਵਿੱਚ ਅਫਸਰ ਐਰਿਕ ਜੁਨੀਗਾ ਦੇ ਅਨੁਸਾਰ ਸ਼ੁੱਕਰਵਾਰ 11 ਦਸੰਬਰ ਨੂੰ ਸਵੇਰੇ ਲਗਭਗ 5:28 ਮਿੰਟ ਤੇ ਕੈਲੀਫੋਰਨੀਆ ਹਾਈਵੇ ਅਧਿਕਾਰੀਆਂ ਨੂੰ ਇੱਕ ਤੇਜ਼ ਰਫ਼ਤਾਰ ਚਿੱਟੀ ਫੋਰਡ ਵੈਨ ਨੂੰ ਉੱਤਰ-ਪੱਛਮੀ ਇੰਟਰਸਟੇਟ 5 ਅਤੇ ਸੀਲਜ਼ ਐਵੇਨਿਊ ਦੇ ਨੇੜੇ ਰੋਕਿਆ ਗਿਆ ਸੀ ਅਤੇ ਅਧਿਕਾਰੀਆਂ ਦੁਆਰਾ ਡਰਾਈਵਰ ਨਾਲ ਹੋਈ ਗੱਲਬਾਤ ਦੌਰਾਨ ਸ਼ੱਕ ਹੋਣ ਤੇ ਖੋਜੀ ਕੁੱਤੇ K9 ਬੈਨੀ ਨੂੰ ਵਾਹਨ ਦੀ ਜਾਂਚ ਲਈ ਵਰਤਿਆ ਗਿਆ ਅਤੇ ਬਾਅਦ ਵਿੱਚ ਅਧਿਕਾਰੀਆਂ ਨੂੰ ਵੈਣ ਦੀ ਤਲਾਸ਼ੀ ਦੌਰਾਨ ਦੋ ਸੂਟਕੇਸਾਂ ਦੇ ਨਾਲ ਇੱਕ ਕਾਲਾ ਬਰੀਫਕੇਸ ਮਿਲਿਆ। ਇਹ ਸਾਰੇ ਸੂਟਕੇਸ ਸੰਯੁਕਤ ਰਾਜ ਦੀ ਕਰੰਸੀ ਨਾਲ ਭਰੇ ਹੋਏ ਸਨ ਅਤੇ CHP ਅਧਿਕਾਰੀਆਂ ਦੇ ਅਨੁਸਾਰ ਇਸ ਕਾਰਵਾਈ ਦੌਰਾਨ 10,17,750 ਡਾਲਰ ਜ਼ਬਤ ਕੀਤੇ ਗਏ ਨੇ। ਅਧਿਕਾਰੀਆਂ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਇਹ ਪੈਸਾ ਨਸ਼ੀਆਂ ਦੀ ਵਿਕਰੀ ਤੋਂ ਇਕੱਠਾ ਕੀਤਾ ਗਿਆ ਸੀ। ਪੁਲਿਸ ਅਧਿਕਾਰੀ ਜੁਨੀਗਾ ਅਨਸਾਰ ਵੈਨ ਡਰਾਈਵਰ ਦੀ ਪਛਾਣ ਮੈਰੋਨੋ ਵੈਲੀ ਦੇ ਜਾਰਡਨ ਅਲੈਗਜ਼ੈਂਡਰ ਉਰਾਇਬ ਵਜੋਂ ਕੀਤੀ ਗਈ ਹੈ ਇਸ ਡਰਾਈਵਰ ਨੂੰ ਗ੍ਰਿਫਤਾਰ ਤਾਂ ਕੀਤਾ ਗਿਆ ਸੀ ਪਰ ਕੋਵਿਡ-19 ਦੇ ਦਿਸ਼ਾ ਨਿਰਦੇਸ਼ਾ ਕਾਰਨ ਦਰਜ ਨਹੀਂ ਕੀਤਾ ਗਿਆ ਪਾਕਿਸਤਾਨ ਉੱਤੇ ਭਾਰਤੀ ਫੌਜ ਦੇ ਹਮਲੇ ਦਾ ਖੋਫ ਇਸ ਤਰ੍ਹਾਂ ছਾਇਆ ਹੋਇਆ ਹੈ ਕਿ ਉਸ ਨੂੰ ਹਰ ਵੇਲੇ ਹੀ ਡਰੇ ਕਿ ਭਾਰਤ ਮੁੜ ਸਰਜੀਕਸ ਸਟ੍ਰਾਈਕ ਕਰ ਸਕਦਾ ਹੈ ਇਸ ਬਦੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੀਸ਼ੀ ਨੇ ਸ਼ੁੱਕਰਵਾਰ ਨੂੰ ਅਬੂ ਧਾਬੀ ਵਿੱਚ ਕਿਹਾ ਕਿ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਭਾਰਤ ਪਾਕਿਸਤਾਨ ਖਿਲਾਫ ਸਰਜਿਕਲ ਸਟ੍ਰਾਈਕ ਦੀ ਪਲੈਨਿੰਗ ਬਣਾ ਰਿਹਾ ਹੈ ਇਹ ਇੱਕ ਗੰਭੀਰ ਗੱਲ ਹੈ ਪਾਕਿਸਤਾਨ ਵਿਦੇਸ਼ ਮੰਤਰੀ ਨੇ ਅੱਗੇ ਕਿਹਾ ਕਿ ਮੈਨੂੰ ਇਸ ਗੱਲ ਦੀ ਵੀ ਜਾਣਕਾਰੀ ਹੈ ਕਿ ਭਾਰਤ ਨੇ ਇਸ ਲਈ ਆਪਣੇ ਉਹਨਾਂ ਅਹਿਮ ਸਹਿਯੋਗੀਆਂ ਕੋਲੋਂ ਇਸ ਗੱਲ ਦੀ ਹਮਾਇਤ ਲੈਣ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੂੰ ਉਹ ਆਪਣਾ ਸਾਂਝੇਦਾਰ ਮੰਨਦਾ ਹੈ ਭਾਰਤ ਵਿੱਚ ਵੱਡੇ ਗੰਭੀਰ ਅੰਦਰੂਨੀ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਇਸ ਤਰ੍ਹਾਂ ਦੀ ਯੋਜਨਾ ਬਣਾਈ ਜਾ ਰਹੀ ਹੈ। ਪਾਕਿਸਤਾਨ ਵਿਦੇਸ਼ ਮੰਤਰੀ ਨੇ ਕਿਹਾ ਕਿ ਅਸੀਂ ਦੁਨੀਆ ਨੂੰ ਯਾਦ ਦਿਵਾਉਂਦੇ ਹਾਂ ਕਿ ਸ਼ਾਂਤੀ ਇੱਕ ਸਮੂਹਿਕ ਜ਼ਿੰਮੇਵਾਰੀ ਹੈ। ਭਾਰਤ ਆਪਣੀ ਘਰੇਲੂ ਮੁਸੀਬਤਾਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਉਹ ਸਾਨੂੰ ਅਸਥਿਰ ਕਰਨਾ ਚਾਹੁੰਦਾ ਹੈ। ਅਸੀਂ ਅਪੀਲ ਕਰਦੇ ਹਾਂ ਕਿ ਵਿਸ਼ਵ ਅჯਿਹਾ ਕਰਨਾ ਬੰਦ ਕਰ ਦੇਵੇ। ਖੇਤੀਬਾੜੀ ਕਰੋਨਾ ਵਿਰੁੱਧ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਲਗਾਤਾਰ ਡਟੇ ਹੋਏ ਨੇ। ਕੇਂਦਰ ਦੇ ਖੇਤੀਬਾੜੀ ਕਰੋਨਾ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 24ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਨੇ। ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਜ਼ਿੱਦ 'ਤੇ ਅੜੇ ਹੋਏ ਨੇ, ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਨੇ। ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਡਿਜੀਟਲ ਢੰਗ ਦੇ ਨਾਲ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਸੁਆਮੀ ਨਾਥਨ ਕਮੇਟੀ ਦੀ ਰਿਪੋਰਟ ਲਾਗੂ ਕੀਤੀ ਹੈ ਤੇ ਐਮਐਸਪੀ ਨੂੰ ਉਤਪਾਦਨ ਦੀ ਲਾਗਤ ਨਾਲ ਡੇਢ ਗੁਣਾ ਵਧਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਪ੍ਰਤੀ ਉਹਨਾਂ ਦੀ ਸੰਵੇਦਨਸ਼ੀਲ ਸਰਕਾਰ ਉਹਨਾਂ ਨੂੰ ਅੰਨਦਾਤਾ ਮੰੰਦੀ ਹੈ। ਅਸੀਂ ਫਾਈਲਾਂ ਦੇ ਢੇਰ ਵਿੱਚ ਸੁੱਟੀ ਸੁਆਮੀ ਨਾਥਨ ਕਮੇਟੀ ਦੀ ਰਿਪੋਰਟ ਲਾਗੂ ਕੀਤੀ ਹੈ ਤੇ ਲਾਗਤ ਦਾ ਡੇਢ ਗੁਣਾ ਐਮਐਸਪੀ ਕਿਸਾਨਾਂ ਨੂੰ ਦਿੱਤਾ ਹੈ। ਇਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਯਾਨੀ ਕਿ ਬੀ ਕੇ ਯੂ ਦੇ ਨੇਤਾ ਰਕੇਸ਼ ਟਿਕਟ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਰਦਾਵੇ ਨੂੰ ਰੱਦ ਕਰ ਦਿੱਤਾ ਕਿ ਸੁਆਮੀ 나ਥਨ ਕਮੇਟੀ ਦੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀਆਂ ਸਿਫਾਰਸ਼ਾਂ ਲਾਗੂ ਕਰ ਦਿੱਤੀਆਂ ਨੇ ਨਾਲ ਹੀ ਟਿਕਟ ਨੇ ਕਿਹਾ ਕਿ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਕਿਉਂਕਿ ਉਹਨਾਂ ਦੀ ਉਪਚਦਾ ਮਿਹਨਤਾਨਾ ਮੁੱਲ ਨਹੀਂ ਮਿਲ ਪਾ ਰਿਹਾ ਟਿਕਟ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅੱਜ ਦੀ ਤਰੀਕ ਵਿੱਚ ਉੱਤਰ ਪ੍ਰਦੇਸ਼ ਵਿੱਚ ਬੁੰਦੇਲਖੜ ਦੇ ਕਿਸਾਨਾਂ ਨੂੰ ਅਨਾਜ ਦਾ ਐਮਐਸਪੀ ਨਹੀਂ ਮਿਲ ਪਾਰਿਆ ਅਤੇ ਉਹ ਖੁਦਖੁਸ਼ੀਆਂ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਸੁਆਮੀ ਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਦਾ ਦਾਵਾ ਇੱਕ ਝੂਠ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਭਾਰਤੀ ਅਮਰੀਕੀ ਵਿਦਵਾਨ ਪਟੇਲ ਨੂੰ ਅਸਿਸਟੈਂਟ ਪ੍ਰੈਸ ਸਕੱਤਰ ਨਾਮਜ਼ਦ ਕੀਤਾ ਹੈ। ਪਟੇਲ ਮੌਜੂਦਾ ਸਮੇਂ ਬਾਈਡਨ ਦੇ ਸੀਨੀਅਰ ਬੁਲਾ ਰਹੇ ਹਨ ਅਤੇ ਉਹ ਬਾਈਡਨ ਕੰਪੇਨ ਦਾ ਵੀ ਹਿੱਸਾ ਰਹੇ ਹਨ। ਉਤੇ ਹੀ ਉਹਨਾਂ ਨੇ ਰਿਜਨਲ ਕਮਿਊਨੀਕੇਸ਼ਨ ਡਾਇਰੈਕਟਰ ਦੇ ਰੂਪ ਵਿੱਚ ਕੰਮ ਕੀਤਾ ਬਾਈਡਨ ਦੇ ਮੁੱਢਲੇ ਪ੍ਰਚਾਰਚ ਪਟੇਲ ਨੇ ਨਵਾਦਾ ਅਤੇ ਪੱਛਮੀ ਪ੍ਰਾਇਮਰੀ ਸੂਬੇ ਚ ਕਮਿਊਨੀਕੇਸ਼ਨ ਡਾਇਰੈਕਟਰ ਦੀ ਭੂਮਿਕਾ ਨਿਭਾਈ ਸੀ ਪਹਿਲਾਂ ਉਹ ਭਾਰਤੀ ਅਮਰੀਕੀ ਸੰਸਦ ਮੈਂਬਰ ਪ੍ਰੋਮਿਲਾ ਜੇਪਾਲ ਦੇ ਕਮਿਊਨੀਕੇਸ਼ਨ ਡਾਇਰੈਕਟਰ ਦੇ ਰੂਪ ਵਿੱਚ ਵੀ ਕੰਮ ਕਰ ਚੁੱਕੇ ਨੇ ਭਾਰਤ ਵਿੱਚ ਜਨਮੇ ਤੇ ਕੈਲੀਫੋਰਨੀਆ ਚ ਬਲੇ ਪਟੇਲ ਯੂਨੀਵਰਸਿਟੀ ਆਫ ਕੈਲੀਫੋਰਨੀਆ ਰਿਵਰਸਾਈਡ ਤੇ ਯੂਨੀਵਰਸਿਟੀ ਆਫ ਫਲੋਰੀਡਾ ਤੋਂ ਗ੍ਰੈਜੂਏਟ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਵਾਈਟ ਹਾਊਸ ਸੰਚਾਰ ਤੇ ਪ੍ਰੈਸ ਸਟਾਫ ਲਈ 16 ਮੈਂਬਰਾਂ ਨੂੰ ਐਲਾਨ ਕੀਤਾ ਹੈ ਇਹਨਾਂ ਲੋਕਾਂ ਚ ਭਾਰਤੀ ਮੂਲ ਦੇ ਵਿਦਾਂਤ ਪਟੇਲ ਵੀ ਸ਼ਾਮਲ ਹੈ ਇਸ ਤੋਂ ਇਲਾਵਾ ਟੀਮ ਵਿੱਚ ਮੈਗਨ ਪੇਪਰ ਨੂੰ ਰਿਸਰਚ ਡਾਇਰੈਕਟਰ ਕੈਟ ਬਰਨਲ ਨੂੰ ਡਿਪਟੀ ਸੰਚਾਰ ਡਾਇਰੈਕਟਰ ਰੋਜ਼ਮਰੀ ਬੋਇਲਗਿਨ ਨੂੰ ਸਹਾਇਕ ਪ੍ਰੈਸ ਕਟਰ ਮਾਈਕ ਜੀਵਨ ਨੂੰ ਰੈਪਿਡ ਰਿਸਪੌਂਸ ਦਾ ਡਾਇਰੈਕਟਰ ਅਤੇ ਮੈਗਨ ਹੈਸੇ ਨੂੰ ਸੰਦੇਸ਼ ਯੋਜਨਾ ਦੇ ਡਾਇਰੈਕਟਰ ਬਣਾਇਆ ਹੈ ਬਾਈਡਨ ਨੇ ਪੈਗੀ ਹਿਲ ਨੂੰ ਸੀਨੀਅਰ ਖੇਤਰੀ ਸੰਚਾਰ ਡਾਇਰੈਕਟਰ ਦੇ ਰੂਪ ਵਿੱਚ ਨਾਮਜ਼ਦ ਕੀਤਾ ਹੈ ਇਸ ਤੋਂ ਇਲਾਵਾ ਮਾਈਕਲ ਕਿਕੂਆਵਾ ਨੂੰ ਪ੍ਰੈਸ ਸਹਾਇਕ ਜੈਨੀਫਰ ਮੋਲੀਨਾ ਨੂੰ ਗੱਠਜੋੜ মিডিਆ ਦਾ ਸੀਨੀਅਰ ਡਾਇਰੈਕਟਰ ਕੈਵਿਨ ਮੁੰਨੇਸ ਨੂੰ ਸਹਾਇਕ ਪ੍ਰੈਸ ਇਕਤਰ ਸੰਚਾਰ ਦਫ਼ਤਰ ਲਈ ਚੀਫ ਆਫ ਸਟਾਫ ਦੇ ਰੂਪ ਵਿੱਚ ਐਮਾ ਰਿਲੇ ਨੂੰ ਜ਼ਿੰਮੇਵਾਰੀ ਦਿੱਤੀ ਹੈ ਰੂਸ ਵੱਲੋਂ ਕੀਤੇ ਗਏ ਸਾਈਬਰ ਹਮਲਿਆਂ ਦਾ ਨਿਸ਼ਾਨਾ ਸਿਰਫ ਅਮਰੀਕਾ ਦੀਆਂ ਸਰਕਾਰੀ ਏਜੰਸੀਆਂ ਹੀ ਨਹੀਂ ਹਨ ਸਗੋਂ ਇਸ ਦੀ ਜ਼ਾਦ ਵਿੱਚ ਵੱਡੀਆਂ ਤਕਨੀਕੀ ਕੰਪਨੀਆਂ ਵੀ ਸਨ ਇਸ ਦੀ ਪੁਸ਼ਟੀ ਵੀਰਵਾਰ ਨੂੰ ਖੁਦ ਮਾਈਕਰੋਸਾਫਟ ਨੇ ਕੀਤੀ ਹੈ ਕੰਪਨੀ ਨੇ ਕਿਹਾ ਕਿ ਉਸਨੇ ਆਪਣੇ ਸਿਸਟਮ ਵਿੱਚ ਹੈਕਿੰਗ ਨਾਲ ਜੁੜਿਆ ਇੱਕ ਵਾਇਰਸ ਮਿਲਿਆ ਅੱਥੇ ਕੱਲ ਦੱਸਣਿਓ ਕਿ ਮਾਈਕਰੋਸਾਫਟ ਸੋਲਰ ਵਿੰਡ ਕਾਰਪੋਰੇਸ਼ਨ ਦੇ ਨੈਟਵਰਕਿੰਗ ਮੈਨੇਜਮੈਂਟ ਸੌਫਟਵੇਅਰ ਓਰੀਅਨ ਦਾ ਪ੍ਰਯੋਗ ਕਰਦੀ ਹੈ ਅਤੇ ਇਸ ਦਾ ਪ੍ਰਯੋਗ ਰੂਸ ਨੇ ਅਮਰੀਕੀ ਏਜੰਸੀਆਂ ਅਤੇ ਦੂਜੀਆਂ ਹੋਰ ਕੰਪਨੀਆਂ ਉੱਤੇ ਕੀਤੇ ਗਏ ਸਾਈਬਰ ਹਮਲਿਆਂ ਵਿੱਚ ਕੀਤਾ ਹੈ ਉੱਧਰ ਅਮਰੀਕਾ ਦੇ ਸਾਈਬਰ ਸਿਕਿਉਰਿਟੀ ਏਜੰਸੀ ਨੇ ਵੀਰਵਾਰ ਨੂੰ ਸਰਕਾਰੀ ਅਤੇ ਨਿੱਜੀ ਨੈੱਟਵਰਕ ਦੇ ਗੰਭੀਰ ਖਤਰੇ ਵਿੱਚ ਹੋਣ ਦੀ ਚੇਤਾਵਨੀ ਦਿੱਤੀ ਹੈ। ਮਾਈਕਰੋਸਾਫਟ ਦੇ ਬੁਲਾਰੇ ਨੇ ਕਿਹਾ ਕਿ ਸੋਲਰ ਵਿੰਡ ਦੇ ਹੋਰ ਯੂਜ਼ਰਾਂ ਦੀ ਤਰ੍ਹਾਂ ਅਸੀਂ ਵੀ ਹੈਕਰਾਂ ਦੀ ਭਾਲ ਕਰ ਰਹੇ ਹਾਂ। ਹਾਲਾਂਕਿ ਸਿਸਟਮ ਵਿੱਚ ਜੋ ਵਾਇਰਸ ਪਾਇਆ ਜਾ ਰਿਹਾ ਹੈ ਉਹ ਹਟਾ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਕੰਪਨੀ ਨੂੰ ਇਸ ਸਬੰਧ ਵਿੱਚ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਉਸ ਦੇ ਸਿਸਟਮ ਦੀ ਵਰਤੋਂ ਦੂਜਿਆਂ ਉੱਤੇ ਸਾਈਬਰ ਹਮਲੇ ਲਈ ਕੀਤਾ ਗਿਆ ਹੈ। ਇਸ ਪੂਰੇ ਮਾਮਲੇ ਤੋਂ ਜਾਣੂ ਇੱਕ ਵਿਅਕਤੀ ਮੁਤਾਬਕ ਹੈਕਰਸ ਨੇ ਮਾਈਕਰੋਸਾਫਟ ਕਾਰਪੋਰੇਟ ਇਨਫਰਾਸਟ੍ਰਕਚਰ ਦੀ ਥਾਂ ਸਾਈਬਰ ਹਮਲੇ ਲਈ ਮਾਈਕਰੋਸਾਫਟ ਕਲਾਉਡ ਦੀ ਵਰਤੋਂ ਕੀਤੀ ਹੈ ਹਾਲਾਂਕਿ ਮਾਈਕਰੋਸਾਫਟ ਨੇ ਸਾਈਬਰ ਹਮਲੇ ਦੌਰਾਨ ਵਰਤੋਂ ਕੀਤੀ ਜਾਣ ਵਾਲੀ ਤਕਨੀਕ ਦੇ ਬਾਰੇ ਕੁਝ ਵੀ ਨਹੀਂ ਦੱਸਿਆ ਉਧਰ ਇਸ ਮਾਮਲੇ ਤੋਂ ਜਾਣੂ ਇੱਕ ਹੋਰ ਵਿਅਕਤੀ ਨੇ ਕਿਹਾ ਹੈ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਮੰਨਣਾ ਹੈ ਕਿ ਹੈਕਿੰਗ ਦੇ ਤਾਜ਼ਾ ਮਾਮਲਿਆਂ ਵਿੱਚ ਮਾਈਕਰੋਸਾਫਟ ਦਾ ਪ੍ਰਯੋਗ ਨਹੀਂ ਕੀਤਾ ਗਿਆ ਹੈ ਅਮਰੀਕੀ ਐਮਪੀਜ਼ ਦੇ ਇੱਕ ਸਮੂਹ ਨੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਈਡਨ ਨੂੰ 트ੰਪ ਪ੍ਰਸ਼ਾਸਨ ਦੀ ਨੀਤੀ ਰੱਦ ਕਰਨ ਅਤੇ H4 ਵੀਜ਼ਾ ਧਾਰਕਾਂ ਦਾ ਵਰਕ ਪਰਮਿਟ ਅੱਗੇ ਵਧਾਉਣ ਦੀ ਅਪੀਲ ਕੀਤੀ ਹੈ ਦੱਸਣ ਖਏ ਕਿ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ ਵੱਲੋਂ H1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਅਤੇ 21 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ H4 ਵੀਜ਼ਾ ਜਾਰੀ ਕੀਤਾ ਜਾਂਦਾ ਹੈ H4 ਵੀਜ਼ਾ ਪਾਉਣ ਵਾਲਿਆਂ ਵਿੱਚ ਜ਼ਿਆਦਾਤਰ ਆਈਟੀ ਪੇਸ਼ੇਵਰ ਭਾਰਤੀ ਔਰਤਾਂ ਨੇ ਇਹ ਵੀਜ਼ਾ ਸਧਾਰਨ ਤੌਰ ਤੇ ਉਹਨਾਂ ਲੋਕਾਂ ਲਈ ਜਾਰੀ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਪਹਿਲੇ ਤੋਂ ਹੀ ਰੋਜ਼ਗਾਰ ਆਧਾਰਿਤ ਸਥਾਨਕ ਨਿਵਾਸ ਦਾ ਦਰਜਾ ਪਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪ੍ਰਤੀਨਿਧੀ ਸਭਾ ਦੇ ਮੈਂਬਰਾਂ ਨੇ 16 ਦਸੰਬਰ ਨੂੰ ਬਾਈਡਨ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੇ ਸ਼ਾਸਨ ਦੇ ਪਹਿਲੇ ਦਿਨ ਇੱਕ ਨੋਟਿਸ ਜਾਰੀ ਕਰਕੇ H4 ਵੀਜ਼ੇ ਦੀ ਜ਼ਿਆਦਾ ਕਿ ਤੁਸੀਂ ਆਪਣੇ ਸ਼ਾਸਨ ਦੇ ਪਹਿਲੇ ਦਿਨ ਵਿੱਚ ਇੱਕ ਨੋਟਿਸ ਜਾਰੀ ਕਰਕੇ H4 ਵੀਜ਼ੇ ਦੀ ਜਾਇਜ਼ਤਾ ਦਾ ਵਿਸਤਾਰ ਕਰੋ ਬਾਈਡਨ ਇੱਕ ਡੈਮੋਕ੍ਰੇਟ ਹਨ ਜੋ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸੋਚ ਕਰਨਗੇ ਪੱਤਰ ਉੱਤੇ ਦਸਤਕਤ ਕਰਨ ਵਾਲਿਆਂ ਵਿੱਚ ਸਮੋਸਾ ਕੌਕਸ ਤੇ ਡਾਕਟਰ ਐਮੀ ਬੈਰਾ ਰੋਖ ਖੰਨਾ ਰਾਜਾ ਕ੍ਰਿਸ਼ਨ ਮੂਰਤੀ ਅਤੇ ਪ੍ਰੋਮਿਲਾ ਜੇਪਾਲ ਸ਼ਾਮਲ ਨੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਾਲ 2015 ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ H1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਅਮਰੀਕਾ ਵਿੱਚ ਰੋਜ਼ਗਾਰ ਦੀ ਇਜਾਜ਼ਤ ਦੇਣ ਦਾ ਨਿਯਮ ਜਾਰੀ ਕੀਤਾ ਸੀ। ਇਹ ਨਿਯਮ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਲਿੰਗ ਅਸਮਾਨਤਾ ਨੂੰ ਦੂਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਸੀ ਕਿਉਂਕਿ H4 ਵੀਜ਼ਾ ਧਾਰਕਾਂ ਵਿੱਚ 95% ਔਰਤਾਂ ਨੇ। ਹਾਲਾਂਕਿ ਸੱਤਾ ਵਿੱਚ ਆਉਣ ਤੇ ਤੁਰੰਤ ਪਿੱਛੇਟਣ ਪ੍ਰਸ਼ਾਸਨ ਨੇ ਇੱਕ ਅਮਰੀਕੀ ਅਦਾਲਤ ਨੂੰ ਸੂਚਿਤ ਕੀਤਾ ਹੈ ਕਿ ਇਸ ਤਰ੍ਹਾਂ ਦੇ ਨਿਯਮ ਨੂੰ ਰੱਦ ਕਰਨ ਦੀ ਯੋਜਨਾ ਉੱਤੇ ਵਿਚਾਰ ਕਰ ਰਹੇ ਨੇ। ਭਾਰਤ ਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਕ੍ਰਿਕਟ ਮੈਚ ਦੌਰਾਨ ਐਡੀਲੇਟ ਓਵਲ ਅੱਗੇ ਪੰਜਾਬੀ ਪਾਇਚਾਰਣ ਨੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਦਿੱਲੀ ਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਰੋਸ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ਵਿੱਚ ਖਾਲਸਾ ਏਡ 64 ਜਸਟਿਸ ਦੇ ਵਲੰਟੀਅਰ ਰਾਜਸੀ ਧਾਰਮਿਕ ਤੇ ਸਮਾਜਿਕ ਆਗੂਆਂ ਸਮੇਤ ਭਾਰਤੀ ਪਾਇਚਾਰ ਨੇ ਸ਼ਿਰਕਤ ਕੀਤੀ ਹੈ ਇਸ ਮੌਕੇ ਬੁਲਾਰਿਆਂ ਨੇ ਭਾਰ ਸਰਕਾਰ ਵੱਲੋਂ ਮੁਲਕ ਦੇ ਕਿਸਾਨਾਂ ਨਾਲ ਬਿਨਾਂ ਕਿਸੇ مشਵਰੇ ਤੋਂ ਲਿਆਂਦੇ ਖੇਤੀ ਕਾਨੂੰਨ ਦਾ ਵਿਰੋਧ ਕੀਤਾ ਅਤੇ ਭਾਰ ਸਰਕਾਰ ਵੱਲੋਂ ਖੇਤੀ ਕਾਨੂੰਨ ਪ੍ਰਤੀ અપਨਾਏ ਤਾਨਾਸ਼ਾਹੀ ਰਵੱਈਏ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਤਾਂ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖਿਲਾਫ ਨਾਰੇਬਾਜ਼ੀ ਕੀਤੀ ਹੈ ਉਹਨਾਂ ਭਾਰਤੀ ਨਿਊਜ਼ ਚੈਨਲਾਂ ਵੱਲੋਂ ਕਿਸਾਨ ਦੀ ਆਵਾਜ਼ ਨੂੰ ਨਜ਼ਰਅੰਦਾਜ਼ ਕਰਕੇ ਅੰਦੋਲਨ ਨੂੰ ਦਬਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ ਦੀ ਵੀ ਨਿੰਦਾ ਕੀਤੀ ਹੈ ਦਰਸ਼ਨਕਾਰੀਆਂ ਵਿੱਚ ਲੇਬਰ ਪਾਰਟੀ ਵੱਲੋਂ ਰਸਲ ਸੈਂਟਰਸਨ ਨੇ ਵੀ ਸ਼ਰਕਤ ਕੀਤੀ ਹੈ ਇੱਥੇ ਇੱਕ ਬੁਲਾਰੇ ਨੇ ਦੱਸਿਆ ਕਿ ক্রিকেট ਮੈਚ ਦੌਰਾਨ ਓਵਲ ਅੱਗੇ ਪ੍ਰਦਰਸ਼ਨ ਕਰਨ ਦਾ ਮੁੱਖ ਮੰਤਵ ਭਾਰਤੀ ਕਿਸਾਨਾਂ ਦੀਆਂ ਮੰਗਾਂ ਹਕੂਮਰਾਨਾਂ ਤੱਕ ਪਹੁੰਚਾਉਣ ਤੇ ਸਰਕਾਰ ਤੇ ਦਬਾਅ ਪਾਉਣ ਲਈ ਦਿੱਲੀ ਵਿੱਚ ਕੀਤੇ ਜਾ ਰਹੇ ਕਿਸਾਨ ਅੰਦੋਲਨ ਨੂੰ ਕੋ ਮੰਤਰੀ ਪਦਰ ਤੱਕ ਪਹੁੰਚਾਉਣਾ ਹੈ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਸ਼ੁੱਕਰਵਾਰ ਨੂੰ ਕਰੋਨਾ ਵਾਇਰਸ ਦੇ ਟੀਕੇ ਦੀ ਖੁਰਾਕ ਲਈ ਬੈਂਸ ਦੀ ਪਤਨੀ ਕੈਰਨ ਅਤੇ ਸਰਜਨ ਜਰਨਲ ਜਰਮੀ ਐਟਮਸ ਨੇ ਵੀ ਟੀਕੇ ਦੀ ਖੁਰਾਕ ਲਈ। 트럼ਪ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਤੇਜ਼ੀ ਨਾਲ ਟੀਕੇ ਦੇ ਵਿਕਾਸ ਅਤੇ ਇਸ ਦੀ ਵੰਡ ਨੂੰ ਲੈ ਕੇ ਆਪਰੇਸ਼ਨ ਵਾਪ ਸਪੀਡ ਦੀ ਸ਼ੁਰੂਆਤ ਕੀਤੀ ਸੀ। ਗਰਮੀ ਦੇ ਦਿਨਾਂ 'ਚ ਜ਼ੋਰ-ਸ਼ੋਰ ਨਾਲ ਵਾਈਟ ਹਾਊਸ 'ਚ, ਰੋਜ਼ ਗਾਰਡਨ 'ਚ ਇਸ ਮੁਹਿੰਮ ਦਾ ਐਲਾਨ ਕੀਤਾ ਗਿਆ ਸੀ ਪਰ ਦੇਸ਼ ਦੇ ਇਤਿਹਾਸ 'ਚ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਨੇ 5 ਦਿਨਾਂ ਦੇ ਬਾਵਜੂਦ ਰਾਸ਼ਟਰਪਤੀ ਡੋਨਲਡ 트럼ਪ ਨੂੰ ਖੁਦ ਟੀਕੇ ਦੀ ਖੁਰਾਕ ਲੈਣ ਦੇ ਬਾਰੇ 'ਚ ਕੋਈ ਟਿੱਪਣੀ ਨਹੀਂ ਕੀਤੀ। ਉਹਨਾਂ ਨੇ ਸਿਰਫ ਦੋ ਵਾਰ ਟੀਕਾ ਕਰਨ ਦੇ ਸਬੰਧ ਵਿੱਚ ਟਵੀਟ ਕੀਤਾ ਪੈਂਸ ਇਸ ਹਫਤੇ ਟੀਕਾ ਨਿਰਮਾਣ ਕੇਂਦਰ ਦਾ ਦੌਰਾ ਕਰਨਗੇ ਅਤੇ ਸ਼ੁੱਕਰਵਾਰ ਸਵੇਰੇ ਉਹਨਾਂ ਨੇ ਟੀਕੇ ਦੀ ਖੁਰਾਕ ਲਈ ਟੈਲੀਵਿਜ਼ਨ ਉੱਤੇ ਇਸ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ ਪੈਂਸ ਨੇ ਆਪਣੀ ਪਤਨੀ ਕੈਰਲ ਅਤੇ ਸਰਜਨ ਜਨਰਲ ਜਰਮੀ ਐਡਮਸ ਨਾਲ ਸ਼ੁੱਕਰਵਾਰ ਨੂੰ ਸਵੇਰੇ ਟੀਕੇ ਦੀ ਖੁਰਾਕ ਲਈ ਵੋਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟ ਨਾਲ ਤਿੰਨ ਸਹਿਤ ਮੁਲਾਜ਼ਮਾਂ ਨੂੰ ਟੀਕਾ ਦੇਣ ਗਏ ਸਨ Ontario ਦੇ ਇੱਕ ਪਰਿਵਾਰ ਨੇ ਜਨਮ ਦਿਨ ਪਾਰਟੀ ਰੱਖੀ ਅਤੇ ਇਸ ਵਿੱਚ 2 ਦਰਜਨ ਤੋਂ ਵੱਧ ਮਹਿਮਾਨ ਸੱਦੇ ਜਿਸ ਦੀ ਜਾਣਕਾਰੀ ਪੁਲਿਸ ਨੂੰ ਮਿਲਦਿਆਂ ਹੀ ਪੁਲਿਸ ਨੇ ਪਾਰਟੀ ਰੱਖਣ ਵਾਲੇ ਨੂੰ ਕਰੋਨਾ ਪਾਬੰਦੀਆਂ ਤੋੜਨ ਦੇ ਦੋਸ਼ ਵਿੱਚ 880 ਡਾਲਰ ਦਾ ਜੁਰਮਾਨਾ ਲਾਇਆ ਹੈ ਯੋਕ ਰੀਜਨ ਪਬਲਿਕ ਹੈਲਥ ਮੁਤਾਬਕ 6 ਦਸੰਬਰ ਨੂੰ ਇਹ ਪਾਰਟੀ ਰੱਖੀ ਗਈ ਸੀ ਅਤੇ ਇਸ ਵਿੱਚ 22 ਲੋਕ ਮੌਜੂਦ ਸਨ ਜਦ ਕਿ ਸਰਕਾਰ ਵੱਲੋਂ ਅਜਿਹਾ ਕਰਨ ਦੀ ਰੋਕ ਸੀ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਸਮੇਂ ਪਾਰਟੀ ਰੱਖੀ ਗਈ ਸੀ ਉਦੋਂ ਯੋਕ ਰੀਜਨ ਰੈੱਡ ਜ਼ੋਨ ਵਿੱਚ ਸੀ ਅਤੇ ਘਰਾਂ ਅੰਦਰ ਵੀ ਸਿਰਫ 5 ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਸੀ ਪਰ ਇਸ ਪਰਿਵਾਰ ਨੇ ਤਾਂ ਵੱਡੀ ਪਾਰਟੀ ਦਾ ਪ੍ਰਬੰਧ ਕਰ ਲਿਆ ਇਸ ਪਾਰਟੀ ਵਿੱਚ ਸ਼ਾਮਲ ਹੋਏ ਲੋਕਾਂ ਵਿੱਚੋਂ 11 ਕਰੋਨਾ ਪੋਜ਼ੀਟਿਵ ਨਿਕਲੇ ਨੇ ਇਹਨਾਂ ਵਿੱਚੋਂ 3 ਸਾਲ ਤੋਂ 54 ਸਾਲ ਦੇ 2 ਲੋਕ ਸਨ ਨੋ ਲੁਕ ਯੋਕ ਰੀਜਨ ਤੇ ਦੋ ਟੋਰਾਂਟੋ ਦੇ ਹਨ ਇਹਨਾਂ ਵਿੱਚ ਸੱਤ ਖਤਰੇ ਨਾਲ ਝੂਤ ਰਹੇ ਨੇ ਅਤੇ ਅੱਗੇ ਵੀ ਕਈ ਲੋਕਾਂ ਨੂੰ ਮਿਲ ਚੁੱਕੇ ਨੇ ਬਾਕੀ ਚਾਰ ਨੂੰ ਘੱਟ ਖਤਰਾ ਦੱਸਿਆ ਜਾ ਰਿਹਾ ਦੱਸਦੀਏ ਕਿ ਕੈਨੇਡਾ ਵਿੱਚ ਲਗਾਤਾਰ ਕਰੋਨਾ ਵਾਇਰਸ ਦੇ ਮਾਮਲੇ ਵੱਧੇ ਜਾ ਰਹੇ ਨੇ ਇਸ ਦਾ ਵੱਡਾ ਕਾਰਨ ਇਹ ਹੈ ਕਿ ਕਰੋਨਾ ਪਾਬੰਦੀਆਂ ਦੀ ਉਲੰਘਣਾ ਲੋਕੀ ਕਰ ਰਹੇ ਨੇ ਇਹ ਸਨ ਅੱਜ ਦੀਆਂ ਖਾਸ ਖਬਰਾਂ ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਲਈ ਤੁਸੀਂ ਵਿਖਦੇ ਰਹੋ ਪੰਜਾਬ ਮਿਲ ਯੂਐਸਏ ਟੀਵੀ ਧੰਨਵਾਦ